ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ।
ਦਾ ਪੁੱਤ ਜਿਤਾਉਣਾ ਹੈ। ਜਿਤਾਉਣਾ
ਪੁੱਤ ਜਿਤਾਉਣਾ ਹੈ।
ਪੁੱਤ ਜਿਤਾਉਣਾ ਹੈ।
I love you 2, I love you 3, I love you 4. ਮਲੇਰਕੋਲੇ ਆ ਕੇ ਜਿਹੜਾ ਪਿਆਰ ਮਿਲਦਾ ਉਹ ਥਕੇਵੇਂ ਲਾ ਦਿੰਦਾ। ਜਦੋਂ ਵੀ ਆਇਆ ਮਲੇਰਕੋਲੇ ਵਾਲਿਆਂ ਨੇ ਇੰਨੀ ਸ਼ਿੱਦਤ ਨਾਲ, ਇੰਨੀ ਮੁਹੱਬਤ ਨਾਲ ਸਾਨੂੰ ਵੈਲਕਮ ਕੀਤਾ, ਖੈਰ ਮਕਦਮ ਕੀਤਾ ਕਿ ਦਿਲ ਖੁਸ਼ ਹੋ ਜਾਂਦਾ। ਵੀਰੋ, ਇਹ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਹੈ। ਇਹ ਧਰਤੀ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ,
ਜਦੋਂ ਨੀਹਾਂ ਦੇ ਵਿੱਚ ਚਿਣਵਾਈ ਹੋ ਰਹੀ ਸੀ, ਉਹਦੇ ਉਸ ਜ਼ੁਲਮ ਦੇ ਵਿਰੁੱਧ ਹਾ ਦਾ ਨਾਰਾ ਮਾਰਨ ਵਾਲੇ ਲੋਕਾਂ ਦੀ ਧਰਤੀ ਹੈ। ਸੋ ਵੀਰੋ, ਜਦੋਂ ਮਲੇਰਕੋਟਲੇ ਵਾਲੇ ਖੜ ਗਏ ਕਿਸੇ ਇੱਕ ਪਾਸੇ ਤਾਂ ਸਮਝ ਲਓ ਖੜ ਗਏ। ਸੋ ਜਿੰਨੀ ਵਾਰੀ 2014 ਤੋਂ ਲੱਗਿਆ ਮੈਂ, ਆਹ ਨਾਲ ਹੀ ਕਾਲਜ ਹੈ, ਸਭ ਤੋਂ ਪਹਿਲੀ ਟਰਾਫੀ ਵੀ ਇੱਥੋਂ ਹੀ ਜਿੱਤੀ ਸੀ। ਉਹ ਤੋਂ ਬਾਅਦ ਮਲੇਰਕੋਟਲੇ ਵਾਲੇ ਟਰਾਫੀਆਂ ਹੀ ਵੰਡੀ ਜਾਂਦੇ ਆ, ਕਦੇ MP ਬਣਾ ਦਿੰਦੇ ਆ, ਕਦੇ MLA ਬਣਾ ਦਿੰਦੇ ਆ, ਫਿਰ MP ਬਣਾ ਦਿੰਦੇ ਆ, ਫਿਰ MLA ਬਣਾ ਦਿੰਦੇ ਆ। ਤੁਹਾਡਾ ਦੇਣਾ ਕੋਈ ਨਹੀਂ ਦੇ ਸਕਦਾ ਮਹਾਰਾਜ, ਬਹੁਤ ਕਮਾਲ। ਹੁਣ ਵੀ ਦੇਸ਼ ਦੇ ਵਿੱਚ 2 ਰਾਊਂਡ ਹੋ ਗਏ, 3 ਹੋਣ ਵਾਲੇ ਨੇ। ਵੀਰੋ, ਮੋਦੀ ਦੇ ਭਾਸ਼ਣਾਂ ਤੋਂ ਪਤਾ ਲੱਗ ਗਿਆ ਕਿ ਉਹ ਹਾਰ ਰਹੇ ਨੇ। ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਫ਼ਰਤ ਦੀ ਰਾਜਨੀਤੀ ਕਰਦਾ, ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ। 10 ਸਾਲਾਂ ਬਾਅਦ ਵੀ ਮੈਂ 2 ਸਾਲਾਂ ਸਵਾ 2 ਸਾਲ ਦੇ ਕੰਮਾਂ 'ਤੇ ਵੋਟਾਂ ਮੰਗੀ ਜਾਂਦਾ ਕਿ ਮੈਂ ਸਕੂਲ ਬਣਾ ਤੇ, ਮੈਂ ਹਸਪਤਾਲ ਬਣਾ ਤੇ, ਮੈਂ ਬਿਜਲੀ ਫ੍ਰੀ ਕਰਤੀ, ਮੈਂ 1 ਕਰੋੜ ਰੁਪਇਆ ਸ਼ਹੀਦਾਂ ਨੂੰ ਸਨਮਾਨ ਰਾਸ਼ੀ ਦੇਣਾ, ਰਾਸ਼ਨ ਘਰ ਘਰ ਪਹੁੰਚਾਉਂਗਾ। ਮੈਂ ਸਿਰਫ 2 ਸਾਲਾਂ ਦੇ ਕੰਮਾਂ 'ਤੇ, ਕੇਜਰੀਵਾਲ ਦੇ 8 ਸਾਲ ਹੋ ਗਏ। 10 ਸਾਲਾਂ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ 'ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ, ਸ਼ਰਮ ਦੀ ਗੱਲ ਹੈ, ਬਹੁਤ ਸ਼ਰਮ ਦੀ ਗੱਲ ਹੈ ਇਹ। ਵੀਰੋ, ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ, ਜੋ ਔਰਗੈਨਿਕ ਹੈ। ਫਿਰ ਭਾਸ਼ਾ ਜਿਹੜੀ ਹੈ ਉਹ ਇੱਧਰੋਂ ਉੱਧਰੋਂ ਅਡੋਪਟ ਕਰਦੀ ਹੁੰਦੀ ਹੈ ਲਫ਼ਜ਼। ਹਿੰਦੀ ਨੇ ਵੀ ਫਾਰਸੀ ਚੋਂ, ਸੰਸਕ੍ਰਿਤ ਚੋਂ, ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡੋਪਟ ਕੀਤੇ ਹੋਏ। 6 ਲੱਖ ਲਫ਼ਜ਼ ਹੈ, 6 ਲੱਖ ਲਫ਼ਜ਼ ਹੈ ਹਿੰਦੀ 'ਚ, ਪਰ ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ, ਉਹ 10-12 ਹੀ ਬੋਲਦਾ। ਉਹ ਵੀ ਮੈਂ ਦੱਸ ਦਿੰਦਾ ਕਿਹੜੇ ਕਿਹੜੇ। ਉਹ ਬੋਲਦਾ ਸ਼ਮਸ਼ਾਨ, ਕਬਰਸਤਾਨ, ਹਿੰਦੂ, ਮੁਸਲਮਾਨ, ਪਾਕਿਸਤਾਨ, ਮੰਗਲ ਸੂਤਰ, ਗਾਏ, ਭੈਂਸ, ਬੱਕਰੀ, ਬਸ ਬਸ। ਉਹ ਕਹਿੰਦੇ ਸਿੱਖਿਆ ਰੋਜ਼ਗਾਰ, ਸਿਹਤ, ਦੇਸ਼ ਦੀ ਤਰੱਕੀ। ਕਦੇ ਕਦੇ ਉਹ ਇਹੋ ਜਿਹੇ ਗੱਲਾਂ ਵੀ ਬੋਲਦਿਆ ਕਰ, ਨਹੀਂ ਬੋਲਿਆ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ। ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ। ਮੈਂ ਕਹਿਤਾ ਇਹਨਾਂ ਨੂੰ, ਮੈਂ ਕਿਹਾ ਗੱਲ ਸੁਣ ਲਓ, ਪੰਜਾਬ ਦੇ ਵਿੱਚ ਇੱਦਾਂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਓਗੇ। ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ, ਜਿਹੜਾ ਵੀ ਬੀਜ ਦੋਗੇ ਉੱਗ ਜਾਂਦਾ, ਪਰ ਨਫ਼ਰਤ ਦਾ ਬੀਜ ਨਹੀਂ ਉੱਗਦਾ ਇੱਥੇ ਕਦੇ ਨਫ਼ਰਤ ਦਾ। ਮੈਂ ਇਹ ਗੱਲ ਈਦ 'ਤੇ ਕਹਿ ਕੇ ਗਿਆ ਸੀ, ਵੀਰੋ, ਉਹ ਮੈਂ ਇਹਨਾਂ ਨੂੰ ਕਹਿਤਾ, ਮੈਂ ਕਿਹਾ ਸੁਨੇਹਾ ਲਾ ਦਿਓ ਕਿ ਅਸੀਂ ਆਪਣੀਆਂ ਈਦਾਂ, ਅਸੀਂ ਆਪਣੀਆਂ ਸੰਗਰਾਂਦਾਂ, ਅਸੀਂ ਆਪਣੀਆਂ ਰਾਮਨੌਮੀਆਂ, ਅਸੀਂ ਆਪਣੀਆਂ ਕ੍ਰਿਸਮਿਸ ਡੇ, ਅਸੀਂ ਆਪਣੀਆਂ ਗੁਰਪੁਰਬ, ਅਸੀਂ ਆਪਣੀਆਂ ਹਨੂਮਾਨ ਜੈਯੰਤੀਆਂ ਸਾਰੇ ਇਕੱਠੇ ਮਨਾਉਂਦੇ ਹਾਂ। ਵੀਰੋ, ਇਕੱਠੇ ਮਨਾਉਂਦੇ, ਸਾਡੇ 'ਚ ਪਾੜ ਪਾਉਣ ਦੀ ਕੋਸ਼ਿਸ਼ ਨਾ ਕਰੋ। ਵੀਰੋ, ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ 'ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫ਼ਰਤ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ। ਇਸ ਕਰਕੇ ਧਰਮ ਅਤੇ ਜਾਤੀ ਵਾਲਿਆਂ ਨੂੰ ਇੱਥੋਂ ਬਾਹਰ ਦਾ ਰਸਤਾ ਦਿਖਾ ਦਿਓ।
ਆ ਗੱਲ ਕਹਿਣਾ ਆ। ਸੋ ਵੀਰੋ ਮੇਰੇ ਮਲੇਰਕੋਟਲੇ ਤੋਂ, ਮੈਂ ਕਾਲਜ ਤੋਂ ਬਹੁਤ, ਜਦੋਂ ਮੁਹੰਮਦ ਰਫੀ ਸਾਹਿਬ ਇੱਥੇ ਪ੍ਰੋਫੈਸਰ ਸੀ, ਪ੍ਰੋਫੈਸਰ ਅਮਰ ਸਿੰਘ ਇੱਥੇ, ਅਮਰ ਸਿੰਘ ਅਮਰ ਪ੍ਰਿੰਸੀਪਲ ਸੀ, ਸ਼ਮੀਮ ਇਕਬਾਲ ਉਹਦੀ ਫੌਤ ਹੋ ਗਿਆ, ਬੜਾ ਵਧੀਆ ਗਜ਼ਲ ਗਾਉਂਦਾ ਸੀ ਸ਼ਮੀਮ, ਬਹੁਤ ਸਾਰੇ ਮੁੰਡੇ ਮੇਰੇ ਨਾਲ ਮਲੇਰਕੋਟਲੇ ਦੇ ਜਿਹੜੇ ਨੇ ਉਹ ਕੰਮ ਕਰਦੇ ਰਹੇ ਆ। ਤਾਂ ਅੱਜ ਵੀ ਜਮੀਲੂ ਜੀ ਬੈਠੇ ਆ, ਅੱਜ ਵੀ ਜਦੋਂ ਮਲੇਰਕੋਟਲੇ ਵੱਲ ਕੋਈ ਵੀ ਕੰਮ ਕਹਿਣਾ ਹੋਵੇ ਤਿੱਗਣਾ ਚੌਗਣਾ, ਆ ਰਾਤ ਦੇ ਇੰਨੇ ਹਨੇਰੇ 'ਚ ਇੰਨੇ ਜ਼ਿਆਦਾ ਲੋਕ, ਅੱਜ ਲੀਡਰ ਨੂੰ ਸੁਣਨ ਆਉਂਦਾ ਕੋਈ, ਉਹ ਸੁਖਬੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ, ਤੁਸੀਂ ਰਾਤ ਨੂੰ ਖੜੇ ਹੋ ਮੇਰੇ ਵਾਸਤੇ, ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ, ਛਤਰੀ ਲਾ ਲਈ ਉਹਨੇ ਉਹਦੀ ਜੋਤੇ ਜੀਪ ਜੀ ਤੇ, ਉਹ ਟੈਂਪਰੇਚਰ ਪੁੱਛਦੇ ਹਾਊ ਮੱਚ ਇਜ਼ ਦਾ ਟੈਂਪਰੇਚਰ, ਸਰ ਇਟਸ 40°C, ਓ ਮਾਈ ਗੋਡ ਇਟਸ ਟੂ ਹੋਟ, ਜੇ 30 ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਘੰਟਾ ਕੁ, ਫਿਰ ਘੰਟਾ ਕੁ ਪੰਜਾਬ ਬਚਾਉਣ ਜਾਂਦੇ ਆ ਇਹ, ਉਹ ਵੀਰੋ ਆਪਣੇ ਆਪਣੇ ਰੀਸ ਕਰ ਲੈਣਗੇ, ਆਪਾਂ ਖੇਤਾਂ ਦੇ ਪੁੱਤ, ਆਪਾਂ ਬੋਰ ਵਾਲੇ ਟੋਇਆਂ 'ਚੋਂ ਨਿਕਲੇ ਹੋਏ, ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ 'ਚ ਪੜ੍ਹੇ ਹੋਏ, ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ, ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ, ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ। ਸੋ ਮੈਂ ਇਹੀ ਗੱਲ ਕਹਿਣ ਆਇਆ, ਹਾਂਜੀ ਤਾਂਹੀਓ 92 ਆਈਆਂ, ਦੇਖੋ ਕਿੱਡੀ ਵੱਡੀ ਗੱਲ ਕਹੀ ਹੈ ਕਿ ਜੇ ਭਾਈਚਾਰੇ ਨਾਲ ਚੱਲਦੇ ਤਾਂਹੀਓ 92 ਆਈਆਂ ਨੇ। ਸੋ ਲੋਕ ਸਭ ਦੇਖਦੇ ਰਹਿੰਦੇ ਨੇ, ਲੋਕਾਂ ਨੂੰ ਸਭ ਪਤਾ ਹੁੰਦਾ, ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਕਦੇ ਮਰਜ਼ਾ ਚਿੜੀਏ, ਕਦੇ ਚੌਂਜਾ ਚਿੜੀਏ, ਕਦੇ ਇੱਧਰ ਕਦੇ ਇੱਧਰ, ਐਂ ਨਹੀਂ ਹੁੰਦਾ। ਵੀਰੋ ਨੌਜਵਾਨ ਮੁੰਡਾ IAS ਦੀ ਤਿਆਰੀ ਕਰਦਾ ਸੀ, ਅਚਾਨਕ ਆਮ ਆਦਮੀ ਪਾਰਟੀ ਬਣ ਗਈ, ਬਰਨਾਲੇ ਤੋਂ ਟਿਕਟ ਮਿਲ ਗਈ, ਬਰਨਾਲੇ ਤੋਂ ਹਰਾਇਆ ਪਹਿਲਾਂ ਤਾਂ ਕੇਵਲ ਢਿੱਲੋਂ, ਫਿਰ 19 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ ਜਦੋਂ ਮੈਂ MP ਖੜਾ ਸੀ, ਫਿਰ 22 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ, ਅਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ 'ਚ, ਪਤਾ ਹੀ ਨਹੀਂ ਲੱਗਦਾ, ਲਾਪਤਾ, ਹੁਣ ਨਹੀਂ ਹੁਣ ਨਹੀਂ, ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ। ਸੋ ਮੈਂ ਤਾਂ ਇਹੀ ਕਹੂੰਗਾ, ਮੈਂ ਤਾਂ ਇਹੀ ਕਹਿੰਦਾ ਵੀ ਰਹਿੰਦਾ ਕਿ ਰਾਹਤ ਇੰਦੌਰੀ ਦਾ ਇੱਕ ਸ਼ੇਅਰ ਹੈ ਬਹੁਤ ਕਮਾਲ ਦਾ, ਜਿਸ ਤਰੀਕੇ ਦਾ ਮਾਹੌਲ ਬਣਾ ਲੈਂਦੇ ਆ ਨਾ ਵੋਟਾਂ ਵੇਲੇ, ਉਹਦੇ ਨੂੰ 2 ਲਾਈਨਾਂ 'ਚ ਉਹਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ, ਕਹਿੰਦਾ ਸਰਹੱਦ ਪਰ ਤਣਾਓ ਹੈ ਕਿਆ, ਸਰਹੱਦ ਪਰ ਤਣਾਓ ਹੈ ਕਿਆ, ਪਤਾ ਕਰੋ ਕਹੀਂ ਫਿਰ ਚੁਣਾਓ ਹੈ ਕਿਆ। ਇਹ ਨਫ਼ਰਤ ਦੀ ਰਾਜਨੀਤੀਆਂ ਕਰਦੇ ਆ ਵੀਰੋ, ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਇਹ ਕੇਜਰੀਵਾਲ ਨੂੰ ਅੰਦਰ ਕਰਕੇ ਸਮਝਦੇ ਆ ਅਸੀਂ ਪਾਰਟੀ ਖਤਮ ਕਰ ਦਾਂਗੇ, ਕੇਜਰੀਵਾਲ ਇੱਕ ਸੋਚ ਦਾ ਨਾਮ ਹੈ, ਕੇਜਰੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਹੈ, ਕਿੰਨੇ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ, ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਚੰਮ ਦੀ ਰਾਜਨੀਤੀ ਨਹੀਂ ਕਰਦੇ ਇਹਨਾਂ ਵਾਂਗੂ, ਹਮ ਕਾਮ ਕੀ ਰਾਜਨੀਤੀ ਕਰਦੇ ਹਾਂ, ਨਾਮ ਕੀ ਰਾਜਨੀਤੀ ਨਹੀਂ ਕਰਦੇ। ਹਮ ਵੋ ਪੱਤੇ ਨਹੀਂ, ਹਮ ਵੋ ਪੱਤੇ ਨਹੀਂ ਜੋ ਸ਼ਾਖ ਸੇ ਟੂਟ ਕਰ ਗਿਰ ਜਾਏਂਗੇ, ਹਮ ਵੋ ਪੱਤੇ ਨਹੀਂ ਜੋ ਸ਼ਾਖ ਸੇ ਟੂਟ ਕਰ ਗਿਰ ਜਾਏਂਗੇ, ਆਂਧੀਓ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ। ਸੋ ਵੀਰੋ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ
ਇਹੀ ਦੁੱਖ ਇਹਨਾਂ ਨੂੰ ਕਿ ਆਮ ਕਰਨ ਦਿੱਤੀਆਂ ਪੁੱਤ ਕਿਉਂ ਬਣ ਗਏ ਮੁੱਖ ਮੰਤਰੀ, ਮੰਤਰੀ ਕਿਉਂ ਬਣ ਗਏ, MLA ਆਮ ਕਰਨ ਦਿੱਤੀਆਂ ਪੁੱਤ, ਆਹੀ ਦੁੱਖ ਹੈ ਇਹਨਾਂ ਨੂੰ। ਸੋ ਵੀਰੋ ਮੈਂ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਜਾਣਾ, ਕੱਲ੍ਹ ਨੂੰ ਬਹੁਤ ਵੱਡੇ ਚੈਨਲ 'ਤੇ ਇੱਕ ਇੰਟਰਵਿਊ ਹੈ, ਉਹਤੋਂ ਬਾਅਦ ਫਿਰ ਜਗਰਾਉਂ ਅਤੇ ਸ਼ਾਹਕੋਟ ਜਾਣਾ, ਫਿਰ ਜਲੰਧਰ, ਪਠਾਨਕੋਟ, ਦੀਨਾਨਗਰ, ਜਿੱਥੇ ਕਹਿਣਗੇ ਮੈਂ ਜਾਊਂ। ਇਹ ਆਪਣੀ ਮਿਹਨਤ 'ਚ ਰੀਸ ਨਹੀਂ ਕਰ ਸਕਦੇ, ਇਹੋ ਜਿਹੇ ਵੇਲੇ ਸੁਖਬੀਰ ਬਾਦਲ ਨਹੀਂ ਨਿਕਲ ਸਕਦਾ ਬਾਹਰ, ਕੈਪਟਨ ਦਾ ਤਾਂ ਚਲੋ ਛੱਡੋ ਪਰੇ, ਉਹ ਤਾਂ ਚਲੋ ਵਿਚਾਰਾ ਨਿਬੜ ਗਿਆ ਕੰਮਾਂ ਤਾਂ। ਸੋ ਸਾਰਾ ਯਾਦ ਹੈ ਤੁਹਾਨੂੰ, ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ। ਹਾਂ, ਤੁਹਾਡੇ ਜਿਹੜੀ ਪੜਾਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜ਼ਰੂਰ ਮੌਕਾ ਦਿੰਦਾ ਹੁੰਦਾ, ਹਰੇਕ ਪ੍ਰੋਗਰਾਮ 'ਤੇ ਚੀਕਾਂ ਮਾਰ ਲਓ ਚਾਹੇ ਨਾਰੇ ਲਾ ਲਓ, ਤਿੰਨ ਪੀੜ੍ਹੀਆਂ ਦੀ ਪੜਾਸ ਆਪਣੇ ਅੰਦਰ ਪਈ ਹੈ, ਐਵੇਂ ਪਾਥਰੀ ਨਾ ਹੋ ਜਾਏ ਕਿਤੇ। ਅੱਜ ਨਿਵੇੜ ਹੀ ਲਓ, ਲੈ ਮਾਈਕ, ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ, ਦੇਖ ਲਿਆ ਇੱਧਰਲਾ ਪਾਸਾ ਜਿੱਦਾਂ ਜਾਂ ਇੱਧਰਲਾ ਪਾਸਾ। ਬਰਾਬਰ ਰਹੇ ਵੀ ਬਰਾਬਰ, ਆਪਾਂ ਆਪਣਿਆਂ ਤੋਂ ਨਹੀਂ ਜਿੱਤਣਾ, ਆਪਾਂ ਵਿਰੋਧੀਆਂ ਤੋਂ ਜਿੱਤਣਾ, ਇਹ ਤਾਂ ਸਾਰੇ ਆਪਣੇ ਆ। ਸੋ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਾਜੂ ਕਿ ਮੈਂ ਮਲੇਰ ਕੋਲੇ ਜਾ ਕੇ ਆਇਆ, ਅਤੇ ਮਲੇਰ ਕੋਲੇ ਵਾਲਿਆਂ ਵੱਲੋਂ ਤਾਂ ਬਸ ਉਹੀ ਹੈ ਕਿ ਜੋ 14 ਸੀ 17 ਸੀ, ਬਸ ਮਲੇਰ ਕੋਲੇ ਵਾਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰਦੇ ਆ ਕਿ 1 ਤਰੀਕ ਕਦੋਂ ਆਊਗੀ ਅਤੇ ਬਟਨ ਕਦੋਂ ਦੱਬਾਂਗੇ। ਜੋ ਝਾੜੂ ਵਾਲਾ ਬਟਨ ਦੱਬੋਗੇ ਉਹਦੇ 'ਚੋਂ ਇੱਕ ਆਵਾਜ਼ ਜੀ ਆਊਗੀ, ਟੀ, ਉਹ ਮਸ਼ੀਨ ਦੀਆਂ ਚੀਕਾਂ ਨਹੀਂ, ਉਹ ਅਕਾਲੀਆਂ ਕਾਂਗਰਸੀਆਂ ਅਤੇ ਭਾਜਪਾ ਵਾਲਿਆਂ ਨੇ ਚੀਕਾਂ ਹੋਣੀਆਂ। ਉਹ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ, ਇਨਕਲਾਬ, ਥੋੜ੍ਹਾ ਜਿਹਾ ਹੋਰ ਉੱਚੀ ਕਰ ਦਿਓ, ਇਨਕਲਾਬ, ਇਨਕਲਾਬ, ਬੋਲੇ ਸੋਨਿਹਾਲ। ਇੱਕ ਮਿੰਟ ਲਈ ਮੈਂ ਕਹੂੰਗਾ ਤੁਹਾਡੇ ਉਮੀਦਵਾਰ ਨੌਜਵਾਨ ਗੁਰਬੀਰ ਸਿੰਘ ਮੀਥੇਅਰ, ਉਹ ਇੱਕ ਮਿੰਟ ਲਈ ਸਵਾਗਤ ਵੀ ਕਰਨਗੇ, ਧੰਨਵਾਦ ਵੀ। ਧੰਨਵਾਦ ਜੀ। ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ, ਅਤੇ ਮਾਨ ਸਾਹਿਬ ਤੁਹਾਡਾ ਅੱਜ ਹਜ਼ਾਰਾਂ ਦੀ ਗਿਣਤੀ 'ਚ ਇਹ ਜਿਹੜੇ ਨੌਜਵਾਨ ਨੇ ਦੁਪਹਿਰੇ 3 ਵਜੇ ਤੋਂ ਉਡੀਕ ਤੁਹਾਡੀ ਕਰ ਰਹੇ ਆ, ਅਤੇ 4 ਘੰਟੇ ਉੱਥੇ ਪਲਕਾਂ ਵਿਛਾ ਕੇ ਬੈਠੇ ਰਹੇ, ਅਤੇ ਇੱਕ ਵੀ ਨੌਜਵਾਨ ਇੱਥੋਂ ਗਿਆ ਨਹੀਂ, ਅਤੇ ਇਹਨਾਂ ਦੇ ਜੋਸ਼ ਨੂੰ ਦੇਖ ਕੇ, ਇਹਨਾਂ ਦੇ ਹੌਸਲੇ ਨੂੰ ਦੇਖ ਕੇ ਪਤਾ ਲੱਗਦਾ ਵੀ ਮਲੇਰਕੋਟਲੇ ਵਾਲੇ ਫੈਸਲਾ ਕਰੀ ਬੈਠੇ ਆ ਸਿਰਫ ਐਲਾਨ ਹੋਣਾ 4 ਜੂਨ ਨੂੰ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਲੇਰਕੋਟਲੇ ਵਾਲਿਓ, ਤੁਹਾਡੇ ਨਾਲ ਮੈਂ ਵਾਅਦਾ ਕਰਦਾ, ਮਾਨ ਸਾਹਿਬ ਨੇ ਇਹ ਦੱਸਿਆ ਵੀ MP ਦੇ ਫਰਜ਼ ਕੀ ਹੁੰਦੇ ਆ, ਨਹੀਂ ਇੱਥੋਂ ਬੜੇ ਜਾਂਦੇ ਰਹੇ ਆ, ਕਦੇ ਸਾਨੂੰ ਪਤਾ ਹੀ ਨਹੀਂ ਸੀ ਲੱਗਿਆ ਵੀ ਸੰਗਰੂਰ ਤੋਂ ਕੋਈ MP ਗਿਆ, ਇਹ ਵਾਅਦਾ ਤੁਹਾਡੇ ਨਾਲ ਮੇਰਾ ਸਾਥ ਦਿਓ। ਮੈਂ ਬਰਨਾਲੇ ਤੋਂ 7 ਸਾਲਾਂ ਤੋਂ MLA ਹਾਂ, ਨਾ ਜ਼ਿੰਦਗੀ 'ਚ ਕਦੇ ਬੇਈਮਾਨੀ ਕੀਤੀ ਹੈ ਨਾ ਕਰਨੀ ਹੈ, ਅਤੇ ਆਪਣੇ ਪੁੱਤ ਨੂੰ ਮਾਨ ਸਾਹਿਬ ਦੀ ਅਗਵਾਈ 'ਚ MP ਬਣਾਓ, ਇਹ ਜ਼ਿੰਦਗੀ ਭਰ ਦਾ ਵਾਅਦਾ, ਕੋਈ ਆ 5 ਸਾਲਾਂ ਨਹੀਂ ਲਈ ਨਹੀਂ। ਜੇ ਮੈਂ ਪਹਿਲਾਂ ਕਹਿ ਕੇ ਨਾ ਬੇਈਮਾਨੀ ਕੀਤੀ ਹੈ ਨਾ ਕਰਨੀ ਹੈ, ਮੈਨੂੰ ਵੋਟਾਂ ਪਾ ਕੇ ਮੇਰਾ ਸਾਥ ਦੇ ਕੇ ਨਾਰਾਜ਼ ਨਹੀਂ ਹੋਵੋਗੇ, ਇਹ ਪੂਰੀ ਜ਼ਿੰਦਗੀ ਦਾ ਵਾਅਦਾ। 1 ਰੁਪਈਆ ਮੀਤ 'ਤੇ ਕਿਸੇ ਨੇ ਪੂਰੀ ਜ਼ਿੰਦਗੀ 'ਚ ਪ੍ਰੂਵ ਕਰਤਾ, ਮੈਂ ਦੁਬਾਰਾ ਇਲੈਕਸ਼ਨ 'ਚ ਖੜਾ ਨਹੀਂ ਹੁੰਦਾ, ਇਹ ਤੁਹਾਡੇ ਨਾਲ ਵਾਅਦਾ ਹੈ। ਕਿਉਂਕਿ 2 ਸਾਲ ਤੋਂ ਇੱਕ MP ਸਾਹਿਬ ਗਏ ਹੈ ਅਤੇ 1 ਵੀ ਮੁੱਦਾ ਲੋਕ ਸਭਾ 'ਚ ਨਹੀਂ ਚੱਕਿਆ,
ਇਹ ਵਾਅਦਾ ਜਿੱਦਣ ਸੰਗਰੂਰ ਦਾ ਪੁੱਤ ਉੱਥੇ ਗਿਆ, ਕਿਉਂਕਿ ਇਕੱਲਾ ਮੈਂ ਜਿਹੜਾ ਸੰਗਰੂਰ ਦਾ ਅੱਜ ਇਲੈਕਸ਼ਨ ਲੜ ਰਿਹਾ ਜਿੰਨੇ ਉਮੀਦਵਾਰ ਨੇ, ਇਕੱਲਾ ਤੁਹਾਡੇ ਪਿੰਡਾਂ ਦਾ ਜਿੱਦਣ ਲੋਕ ਸਭਾ 'ਚ ਗਿਆ ਮਲੇਰਕੋਟ ਵਾਲੇ, ਪਤਾ ਲੱਗੂ ਕੋਈ ਪੁੱਤ ਜਿਤਾ ਕੇ ਸੰਗਰੂਰ ਦਾ ਉੱਥੇ ਭੇਜਿਆ। ਮੈਂ ਆਪਣੀ ਜ਼ਿੰਮੇਵਾਰੀ ਪਹਿਲਾਂ ਵੀ ਇਮਾਨਦਾਰੀ ਨਾਲ ਨਿਭਾਈ ਹੈ, ਅਤੇ ਮੈਂ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਨਾਲ ਨਿਭਾਊਂਗਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਇੱਕ ਮਿੰਟ ਲਈ ਸਾਡੇ ਬਹੁਤ ਸਤਿਕਾਰਯੋਗ MLA ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਜਮੀਲੂ ਰਹਿਮਾਨ ਜੀ ਨੂੰ ਕਹੂੰਗਾ ਕਿ ਤੁਹਾਡਾ ਧੰਨਵਾਦ ਕਰਨ। ਪੰਜਾਬ ਦੀ ਆਨ, ਪੰਜਾਬ ਦੀ ਸ਼ਾਨ, ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਅੱਜ ਮਲੇਰਕੋਟਲੇ ਦੀ ਇਸ ਇਤਿਹਾਸਿਕ ਧਰਤੀ ਤੇ ਤਸ਼ਰੀਫ ਲਿਆਏ ਨਾ, ਉਹਨਾਂ ਨੂੰ ਮੈਂ ਦਿਲ ਦੀਆਂ ਡੂੰਘਾਈਆਂ ਤੋਂ ਵੈਲਕਮ ਕਰਦਾ, ਜੀਆਂ ਆਖਦਾ, ਉਹਨਾਂ ਨੂੰ ਅਹਲਨ ਸਹਲਨ ਮਰਹਬਾ ਆਖਦਾ, ਉਹਨਾਂ ਦਾ ਇਸਤਕਬਾਲ ਕਰਦਾ। ਤੁਸੀਂ ਬੜੇ ਲੰਬੇ ਸਮੇਂ ਤੋਂ ਆਪਣੇ ਮਹਿਬੂਬ ਨੇਤਾ ਦਾ ਇੰਤਜ਼ਾਰ ਕਰ ਰਹੇ ਸੀ, ਔਰ ਉਹਨਾਂ ਨੇ ਇੱਥੇ ਪਹੁੰਚ ਕੇ ਤੁਹਾਡੇ ਹੌਸਲਿਆਂ ਨੂੰ ਜੋ ਬੁਲੰਦ ਕੀਤਾ, ਤੁਹਾਨੂੰ ਜੋ ਉਹਨਾਂ ਨੇ ਬੜਬੁੱਲੇ ਆਪਣੇ ਵਿਚਾਰਾਂ ਨਾਲ ਤੁਹਾਡੇ ਜਜ਼ਬਾਤ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਹੈ, ਮੈਂ ਉਹਨਾਂ ਦਾ ਦਿਲ ਦੀਆਂ ਡੂੰਘਾਈਆਂ ਤੋਂ ਇਸ ਦੇ ਲਈ ਵੀ ਧੰਨਵਾਦ ਕਰਦਾ ਹਾਂ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਵੇਂ 2022 ਦੇ ਵਿੱਚ ਤੁਸੀਂ 22,000 ਵੋਟਾਂ ਦੀ ਭਾਰੀ ਲੀਡ ਦੇ ਨਾਲ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਸੀ, ਤੁਸੀਂ ਇਸ ਤੋਂ ਵੀ ਵੱਧ ਮਾਰਜਨ ਦੇ ਨਾਲ ਮੇਰੇ ਛੋਟੇ ਵੀਰ ਸਰਦਾਰ ਗੁਰਮੀਤ ਸਿੰਘ ਮੀਤਹੇਰ ਜੀ ਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੋ, ਤਾਂ ਹੀ ਮਲੇਰਕੋਟਲੇ ਦਾ ਨਾਂ ਉੱਚਾ ਹੋਏਗਾ। ਔਰ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ, ਜਿਹੜੇ ਦਿਨ ਰਾਤ ਕਰਕੇ ਪੰਜਾਬ ਦੀ ਖੁਸ਼ਹਾਲੀ ਦੇ ਲਈ, ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ, ਸਰਬੱਤ ਦੇ ਭਲੇ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨਾ, ਇੱਦਾਂ ਦੇ ਮੁੱਖ ਮੰਤਰੀ ਕਦੇ ਕਦੇ ਹੀ ਮਿਲਿਆ ਕਰਦੇ ਨਾ। ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਤੇ ਹੋਤਾ ਹੈ ਚਮਨ ਮੇ ਦੀਦਾ ਵਰ ਪੈਦਾ, ਔਰ ਐਸੇ ਮੁੱਖ ਮੰਤਰੀ ਸਾਨੂੰ ਮਿਲੇ ਹਨ ਕਿ ਜਿਨ੍ਹਾਂ ਨੇ ਇਸ ਰਿਕਾਰਡ ਕਾਇਮ ਕੀਤਾ ਹੈ, ਔਰ ਪੂਰੇ ਹਿੰਦੁਸਤਾਨ ਨੂੰ ਦੱਸ ਦਿੱਤਾ ਹੈ ਕਿ ਕਿਵੇਂ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਔਰ ਉਹ ਜਿਹੜੇ ਅੱਜ ਤੋਂ ਪਹਿਲਾਂ ਇੱਥੇ ਕਾਂਗਰਸ ਔਰ ਅਕਾਲੀ ਸਰਕਾਰਾਂ ਚਲਾਉਂਦੇ ਰਹੇ, ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਸਾਡੀਆਂ ਧੋਖੇ ਕੀਤੇ, ਬੇਇਨਸਾਫੀਆਂ ਕੀਤੀਆਂ, ਜ਼ੁਲਮੋ ਜ਼ਿਆਦਤੀ ਕੀਤੀ, ਔਰ ਅੱਜ ਲੋਕਾਂ ਨੇ ਤੁਹਾਨੇ ਉਹਨਾਂ ਦੇ ਜੋ ਹਸ਼ਰ ਕੀਤਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਜੀ ਤਾਂ ਕਰਦਾ ਸੀ ਕਿ ਤੁਹਾਡੇ ਨਾਲ ਲੰਬੇ ਸਮੇਂ ਤੱਕ ਵਿਚਾਰ ਸਾਂਝੇ ਕੀਤੇ ਜਾਂਦੇ, ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਸਵੇਰ ਤੋਂ ਕੰਪੇਨ ਦੇ ਵਿੱਚ ਨਿਕਲੇ ਹੋਏ ਨਾ, ਉਹਨਾਂ ਨੇ ਜਾਣਾ ਹੈ, ਇਸ ਕਰਕੇ ਮੈਂ ਇੱਕ ਵਾਰ ਫੇਰ ਉਹਨਾਂ ਦਾ ਦਿਲ ਨਾਲ ਨਿਗਾਈਆਂ ਤੋਂ ਧੰਨਵਾਦ ਵੀ ਕਰਦਾ, ਜੀਆਂ ਵੀ ਆਖਦਾ, ਔਰ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਇਸ ਵਾਰ ਆਪਾਂ ਨੇ ਇੱਕ ਰਿਕਾਰਡ ਕਾਇਮ ਕਰਨਾ ਹੈ। ਔਰ ਇਹ ਗੱਲ ਮਾਨ ਸਾਹਿਬ ਨੇ ਪਰਸੋਂ ਸੁਨਾਮ ਦੀ ਧਰਤੀ ਤੇ ਵੀ ਕਹੀ ਸੀ ਵੀ ਅਗਰ ਤੁਸੀਂ ਪਿਛਲੇ ਰਿਕਾਰਡ 'ਚ ਸੁਧਾਰ ਕਰ ਦੇਵੋ, ਯਾਨੀ ਜਿੰਨੀਆਂ ਮਾਰਜਨ ਦੇ ਨਾਲ ਮਾਨ ਸਾਹਿਬ ਜਿੱਤ ਕੇ ਗਏ ਸੀ ਉਸ ਤੋਂ ਵੀ ਵੱਧ ਵੋਟਾਂ ਨਾਲ ਜਿਤਾ ਦੇਵੋ, ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ। ਇਹ ਹੈ ਵੱਡੇ ਦਿਲ ਦੀ ਗੱਲ, ਇਹ ਹੈ ਅਜ਼ੀਮ ਸ਼ਖਸੀਅਤ ਦੀ ਗੱਲ, ਤਾਂ ਇਸ ਕਰਕੇ ਨਾਰਾ ਲਾਓ ਤੇ ਉਸ ਤੋਂ ਬਾਅਦ ਆਪਾਂ ਮਾਨ ਸਾਹਿਬ ਤੋਂ ਆਗਿਆ ਲਈਏ। ਇਨਕਲਾਬ ਦੇ ਨਾਰੇ ਲਾਉਣੇ ਨੇ ਆਪਾਂ ਨੇ, ਲੇਕਿਨ ਕੋਈ ਬੰਦਾ ਇਹੋ ਜਿਹਾ ਨਾ ਹੋਵੇ ਜਿਹਦੇ ਦੋਨੇ ਬਾਹਾਂ ਨਾ ਖੜੀਆਂ ਹੋਈਆਂ ਹੋਣ, ਕਿਉਂਕਿ
जवानों मोड़ सकते हो तो मोड़ दो रुख जमाने का, जवानों मोड़ सकते हो तो मोड़ दो रुख जमाने का, अगर तुम में नहीं ताकत तो फिर तुम नौजवान क्यों हो। उकाबी रूह जब बेदार होती है जवानों में नजर आती है उनको अपनी मंजिल आसमानों में। लो नारे का जवाब जोरदार ढंग ना ला दियो ताकि साडे मानयोग मुख्यमंत्री साहब नू भरोसा हो जाए कि हां वाकई हादे नारे की धरती दे इस लोकां ने यह फैसला कर लिया है कि वह मीतहेर साहब नू वड्डे माज नाल जिता के भेजांगे। सारे जोशीले अंदाज दोवें बाहां खड़ियां करके नारे का जवाब दियो ए इनकलाब। ਬਈ ਥੋੜੀ ਜਿਹੀ ਘੱਟ ਆ ਉਹ ਮੈਨੂੰ ਕੋਨੇ ਜਿਹੇ ਚ ਲੱਗੇ ਨਾ, ਮਤਲਬ ਅਜੇ ਫੇਰ ਦੁਬਾਰਾ ਇਹ ਇਨਕਲਾਬ, ਇਹ ਇਨਕਲਾਬ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਇਸ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਮੈਂ ਮੇਰੇ ਬੱਤੀ ਦੰਦ ਨੇ ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ, ਕਈ ਗੱਲਾਂ ਮੇਰੀਆਂ ਕਈਆਂ ਹੋਈਆਂ ਸੱਚੀਆਂ ਹੋ ਜਾਂਦੀਆਂ ਨੇ। ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ, ਉਦੋਂ ਵਿਰੋਧੀ ਹੱਸਦੇ ਸੀ, ਅੱਜ ਮੋਟਰਾਂ ਬੰਦ ਕਰਕੇ ਝੋਨਾ ਲੱਗਦਾ ਨਾ ਬਿਜਲੀ ਆਮ ਹੈ। ਮੈਂ ਕਿਹਾ ਸੀ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ, ਕਹਿੰਦੇ ਐਵੇਂ ਕਿਵੇਂ ਆਉਣਗੇ, ਆਉਂਦੇ ਆ ਨਾ ਬਿਜਲੀ ਦੇ ਬਿੱਲ ਜ਼ੀਰੋ। ਆਪਾਂ ਤਾਂ ਥਰਮਲ ਪਲਾਂਟ ਵੀ ਖਰੀਦ ਲਿਆ, ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ, ਫਿਰ ਨੀਤਾਂ ਸਾਫ਼ ਹੋਣ, ਸਭ ਕੁਛ ਹੋ ਜਾਂਦਾ। ਮੈਂ ਕਹੂੰਗਾ ਇਸ ਵਾਰ ਪੰਜਾਬ ਬਣੇਗਾ ਹੀਰੋ, ਤੇ ਤੁਸੀਂ ਦੋ ਵਾਰੀ ਕਹਿਣਾ 13-0, 13-0। ਇਸ ਵਾਰ ਪੰਜਾਬ ਬਣੇਗਾ ਹੀਰੋ, ਇਸ ਵਾਰ ਦੇਸ਼ ਦੇ ਵਿੱਚ ਪੰਜਾਬ ਬਣੇਗਾ ਹੀਰੋ। ਬਹੁਤ ਬਹੁਤ ਧੰਨਵਾਦ, ਮੇਰਾ ਬਹੁਤ ਹੌਸਲਾ ਵੱਧ ਗਿਆ, ਚਾਹੁੰਦੇ ਵਾਸਤੇ ਰਹੋ। ਲੋਗੋ ਕੋ ਅਕਸਰ ਕਹਿਤੇ ਸੁਣਾ ਹੈ, ਲੋਗੋ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਬਹੁਤ ਬਹੁਤ ਧੰਨਵਾਦ, ਆਰਾਮ ਨਾ ਜਾਇਓ, ਜਿਉਂਦੇ ਵਾਸਤੇ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਜਿਹਦੇ ਦਿਲ ਵਿੱਚ ਕੋ